ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। US ਮੀਡੀਆ ਕੈਨੇਡਾ ਵੱਲੋਂ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਇੰਟਰਵਿਊ ਕੀਤੀ ਗਈ ਹੈ ਸਰਦਾਰ ਅਮਰ ਅਰਦਮਨਜੀਤ ਸਿੰਘ ਜੀ ਨਾਲ, ਜੋ BSF ਦੇ ਅਫੀਸਰ ਰਹੇ ਨੇ ਪੰਜਾਬ ਦੇ ਉਸ ਟਾਈਮ ਵਿੱਚ ਜਦੋਂ ਪੰਜਾਬ ਦੇ ਵਿੱਚ ਬਹੁਤ ਹੀ ਹਜ਼ਾਰਾਂ ਦੇ ਕਰੀਬ ਲੋਕਾਂ ਨੂੰ ਘਰਾਂ ਤੋਂ ਚੱਕ ਚੱਕ ਕੇ ਜੇਲ੍ਹਾਂ 'ਚੋਂ ਕੱਢ ਕੱਢ ਕੇ ਫੇਕ ਐਨਕਾਊਂਟਰਾਂ ਵਿੱਚ ਮਾਰਿਆ ਗਿਆ, ਔਰ ਉਹ ਹਿੰਦੁਸਤਾਨ ਦੀ ਇੰਟੈਲੀਜੈਂਸੀ ਵਿੱਚ ਵੀ ਰਹੇ ਨੇ, ਔਰ ਨਾਟੋ ਜਿਹੜੀਆਂ ਫੌਜਾਂ ਹਨ ਉੱਥੇ ਵੀ ਉਹਨਾਂ ਦੀ ਡਿਊਟੀ ਰਹੀ ਹੈ। ਉਹਨਾਂ ਨਾਲ ਅਸੀਂ ਇੱਕ ਕਾਫੀ ਲੰਮੀ ਜਿਹੜੀ ਹੈ ਇੰਟਰਵਿਊ ਕੀਤੀ ਹੈ, ਉਹਦੇ ਵਿੱਚ ਕਾਫੀ ਗੱਲਬਾਤ ਕੀਤੀ ਹੈ, ਔਰ ਉਹਦੇ ਵਿੱਚ ਇੱਕ ਮੀਡੀਆ ਦੇ ਬਾਰੇ ਵੀ ਗੱਲਬਾਤ ਹੋਈ, ਔਰ ਜਿਹੜੀਆਂ ਏਜੰਸੀਆਂ ਕਿਸ ਤਰ੍ਹਾਂ ਉਹ ਇੰਟਰਫੀਅਰ ਕਰਦੀਆਂ, ਔਰ ਬਲੈਕ ਲਿਸਟਾਂ ਔਰ ਹੋਰ ਕਾਫੀ ਤਰ੍ਹਾਂ ਦੀ ਗੱਲਬਾਤ ਹੋਈ ਹੈ ਉਸ ਦੀ। ਅਸੀਂ ਜਿਹੜੀ ਉਹ ਇੰਟਰਵਿਊ ਆ ਉਸ ਨੂੰ ਹੋ ਸਕਦਾ ਸੀ ਛੋਟੇ ਛੋਟੇ ਭਾਗਾਂ ਵਿੱਚ ਪਾਈਏ ਜਾਂ ਇਕੱਠੀ ਪਾ ਦਈਏ, ਤੁਸੀਂ ਉਸ ਦੀ ਜ਼ਰੂਰ ਵੇਟ ਕਰਨੀ। ਅੱਜ ਦੀ ਜਿਹੜੀ ਇੱਕ ਮੈਂ ਗੱਲ ਕਰਨ ਲੱਗਾ ਹੈ, ਅਤੇ ਇੱਕ ਸਾਊਥ ਏਸ਼ੀਅਨ ਪ੍ਰੈਸ ਕਲੱਬ ਨਾਂ ਦੀ ਆਈਡੀ ਹੈ, ਬਹੁਤ ਹੀ ਵੀਰਾਂ ਦੇ ਮੈਂ ਕਮੈਂਟਸ ਵੀ ਪੜ੍ਹ ਰਿਹਾ ਸੀ ਕਿ US ਮੀਡੀਆ ਕੈਨੇਡਾ ਵਾਲੇ ਨੂੰ ਡਿਲੀਟ ਕਿਉਂ ਨਹੀਂ ਕਰਦੇ, ਇਹਨੂੰ ਬਲੌਕ ਕਿਉਂ ਨਹੀਂ ਕਰਦੇ, ਔਰ ਕਾਫੀ ਨੇ ਮੈਨੂੰ ਫੋਨ ਕਾਲ ਵੀ ਕੀਤੇ ਨੇ ਔਰ ਜਿਹੜਾ ਸਾਨੂੰ ਪਰਸਨਲ ਮੈਸੇਜ ਵੀ ਭੇਜੇ ਨੇ ਕਿ ਇਹਨੂੰ ਬੰਦ ਕਰੋ। ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਕਿ ਵੀ ਆਰ ਏ ਕੈਨੇਡੀਅਨ, ਪ੍ਰਾਊਡ ਟੂ ਬੀ ਕੈਨੇਡੀਅਨ, ਔਰ ਇਸ ਤਰ੍ਹਾਂ ਦਾ ਕੰਟਰੀ ਹੈ ਕਿ ਹਰ ਬੰਦੇ ਨੂੰ ਇੱਥੇ ਹੱਕ ਦਿੱਤਾ ਜਾਂਦਾ ਬੋਲਣ ਦਾ, ਔਰ ਅਸੀਂ ਇਸੇ ਫਰੀਡਮ ਦੇ ਲਈ, ਇਸੇ ਫਰੀ ਟੂ ਸਪੀਚ ਦੇ ਲਈ ਲੜਦੇ ਘੁਲਦੇ, ਜਿਨ੍ਹਾਂ ਨੇ ਸਾਨੂੰ ਸਾਡੀ ਆਵਾਜ਼ ਬੰਦ ਕੀਤੀ ਆ ਰੇਡੀਓ ਸਟੇਸ਼ਨਾਂ ਵਾਲਿਆਂ ਨੇ, ਔਰ ਉਹਨਾਂ ਨੇ ਸਾਨੂੰ ਇਸ ਚੈਨਲ ਸਟਾਰਟ ਕਰਨ ਲਈ ਮਜਬੂਰ ਕੀਤਾ ਸੀ, ਇੱਥੇ ਆਏ, ਔਰ ਅਸੀਂ ਉਹਨਾਂ ਦੀਆਂ ਇਸ ਤਰ੍ਹਾਂ ਦੀਆਂ ਹਰਕਤਾਂ ਨੂੰ ਉਹਨਾਂ ਦੀ ਤਰ੍ਹਾਂ ਹੀ ਇੱਥੇ ਅਸੀਂ ਪੇਸ਼ ਆਈਏ ਤਾਂ ਚੰਗਾ ਨਹੀਂ ਲੱਗਦਾ, ਕਿਉਂਕਿ ਉਹ ਲੋਕ ਤਾਂ ਝੂਠੇ ਨੇ, ਉਹ ਚੋਰ ਨੇ, ਬਕਾਊ ਨੇ, ਦਲਾਲ ਲੋਕ ਨੇ, ਉਹਨਾਂ ਵੱਲੋਂ ਤਾਂ ਕੌਲਾਂ ਕੱਟੀਆਂ ਜਾਂਦੀਆਂ, ਪਰ ਅਸੀਂ ਉਹੋ ਜਿਹਾ ਕੰਮ ਨਹੀਂ ਕਰਨਾ ਚਾਹੁੰਦੇ। ਪਰ ਅਸੀਂ ਸਾਊਥ ਏਸ਼ੀਅਨ ਪ੍ਰੈਸ ਕਲੱਬ ਵਾਲਿਆਂ ਨੂੰ ਇੱਕ ਇਹ ਗੱਲ ਜ਼ਰੂਰ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਜੋ ਕੁਛ ਵੀ ਲਿਖਣਾ ਬੜਾ ਸੋਚ ਸਮਝ ਕੇ ਲਿਖਿਆ ਜਾਵੇ, ਕੋਈ ਨੀਵੇਂ ਪੱਧਰ ਦੀ ਗੱਲ ਨਾ ਕੀਤੀ ਜਾਵੇ, ਵਾਰ ਵਾਰ ਇੱਕ ਇੱਕ ਗੱਲ ਨਾ ਕੀਤੀ ਜਾਵੇ, ਕਿਉਂਕਿ ਕਿਸੇ ਦੀ ਜਿਹੜੀਆਂ ਭਾਵਨਾਵਾਂ ਨਹੀਂ ਭੜਕਾਉਣੀਆਂ ਚਾਹੀਦੀਆਂ ਤੁਹਾਡੇ ਰੇਡੂਆਂ ਦੇ ਉੱਪਰ। ਤੁਸੀਂ ਕਿਸ ਤਰ੍ਹਾਂ ਇੱਕ ਕੋਈ ਨਿੰਦੀ ਸਿੰਘ ਹੈ, ਉਹਦੇ ਨਾਲ ਵੈਸੇ ਮੇਰੀ ਗੱਲ ਵੀ ਹੋਈ ਸੀ, ਨਿੰਦੀ ਨਾ ਉਹਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਹਦੇ ਅੰਦਰ ਬੜਾ ਭਾਰਤੀ ਭਵਨ ਵੜਿਆ ਹੋਇਆ, ਉਹ ਸਮਝਣ ਵਾਲਾ ਨਹੀਂ ਹੈ। ਉਹਨੇ ਵੀ ਕਾਫੀ ਕੁਛ ਲਿਖਿਆ, ਇਹ ਬੰਦ ਕਿਉਂ ਨਹੀਂ ਕਰਦੇ, ਫਲਾਨੀ ਆਈਡੀ ਤਾਂ ਫੇਕ ਆਈਡੀ ਆ, ਸਾਊਥ ਏਸ਼ੀਅਨ ਪ੍ਰੈਸ ਕਲੱਬ ਦੀ ਦੂਜੀ ਅਸਲੀ ਆਈਡੀ ਹੈ। ਹੁਣ ਸਾਨੂੰ ਕੀ ਪਤਾ ਕੌਣ ਫੇਕ ਆ ਅਤੇ ਕੌਣ ਅਸਲੀ ਹੈ, ਇਹ ਸਾਰੇ ਲੋਕ ਹੀ ਇਸ ਤਰ੍ਹਾਂ ਦੇ ਨੇ ਜਿਹੜੇ ਇਹ ਵਿਕਾਊ ਮਾਲ ਨੇ, ਜਾਂ ਤਾਂ ਉਹ ਸਾਊਥ ਏਸ਼ੀਅਨ ਪ੍ਰੈਸ ਕਲੱਬ ਵਾਲੇ ਆ ਕੇ ਸਾਨੂੰ ਦੱਸਣ ਕਿ ਕਿਹੜੀ ਆਈਡੀ ਉਹਨਾਂ ਦੀ ਹੈ, ਕਿਹੜੀ ਆਈਡੀ ਉਹਨਾਂ ਦੀ ਨਹੀਂ ਹੈ, ਫਿਰ ਤਾਂ ਸਾਨੂੰ ਪਤਾ ਲੱਗੇ, ਅਸੀਂ ਡਿਲੀਟ ਕਰ ਦਈਏ। ਪਰ ਅਸੀਂ ਕਿਸੇ ਦੀ ਫਰੀ ਟੂ ਜਿਹੜਾ ਰਾਈਟ ਹੈ ਸਪੀਚ ਦਾ, ਉਹ ਨਹੀਂ ਖੋਣਾ ਚਾਹੁੰਦੇ, ਇਸ ਕਰਕੇ ਉਹਨਾਂ ਨੂੰ ਆਪਣਾ ਕੰਮ ਕਰੀ ਜਾਣ ਦਿਓ, ਤੁਸੀਂ ਆਪਣਾ ਕੰਮ ਕਰੋ। ਹੁਣ ਇਸ ਤੋਂ ਅੱਗੇ ਮੈਂ ਗੱਲ ਕਰਨ ਜਾ ਰਿਹਾ ਕਿ ਇਹੀ ਲੋਕ ਆ, ਇਹ ਮੈਨੂੰ ਇਹਦਾ ਕੋਈ ਪ੍ਰੂਫ ਤਾਂ ਨਹੀਂ ਹੈ ਸਾਡੇ ਕੋਲ, ਪਰ ਸਾਨੂੰ ਲੱਗਦਾ ਹੈ ਕਿ ਜਿਹੜੇ ਲੋਕਾਂ ਨੇ ਸਾਡੀ ਆਵਾਜ਼ ਬੰਦ ਕੀਤੀ, ਜਿਨ੍ਹਾਂ ਲੋਕਾਂ ਨੇ ਸਾਨੂੰ ਪੁਲਿਸ ਕੋਲੇ ਪਹੁੰਚਾਇਆ, US ਮੀਡੀਆ ਕੈਨੇਡਾ ਦੀਆਂ ਵੀਡੀਓ ਡਿਲੀਟ ਕਰਨ ਦੇ ਲਈ ਵਕੀਲ ਦੀਆਂ ਲੰਡੂ ਜਿਹੜੀਆਂ ਚਿੱਠੀਆਂ ਪਹੁੰਚਾਈਆਂ, ਇਹ ਉਹਨਾਂ ਦਾ ਹੀ ਕੰਮ ਹੋ ਸਕਦਾ। ਹੁਣ ਉਹਨਾਂ ਨੇ ਇੱਕ ਨਵੀਂ ਹਰਕਤ ਕੀਤੀ ਹੈ, ਜਿਹੜੀ ਕਿ ਉਹਨਾਂ ਨੇ US ਮੀਡੀਆ ਕੈਨੇਡਾ ਸੇਮ ਜਿਸ ਤਰ੍ਹਾਂ ਦੀ ਆਪਣੀ ਆਈਡੀ ਹੈ, ਇਸ ਤਰ੍ਹਾਂ ਦੀ ਇੱਕ ਆਈਡੀ ਅੱਜ ਉਹਨਾਂ ਨੇ ਕ੍ਰੀਏਟ ਕੀਤੀ ਹੈ, ਜਿਹਦੇ ਉੱਪਰ ਹਜੇ ਕੋਈ ਲੋਗੋ ਨਹੀਂ ਹੈ, ਹੋ ਸਕਦਾ ਸਾਡਾ ਲੋਗੋ ਵੀ ਚੱਕ ਕੇ ਲਾਉਣ ਦੀ ਕੋਸ਼ਿਸ਼ ਕਰਨ, ਹਜੇ ਤੱਕ ਉਹਦੇ ਵਿੱਚ ਕੋਈ ਫਰੈਂਡ ਵੀ ਨਹੀਂ ਹੈ। ਔਰ ਅਸੀਂ ਇਸ ਦੀ ਰਿਪੋਰਟ ਕਰ ਦਿੱਤੀ ਹੈ, ਇਸ ਦੀ ਰਿਪੋਰਟ ਫੇਸਬੁੱਕ ਨੂੰ ਵੀ ਕਰ ਦਿੱਤੀ ਹੈ, ਇਸ ਦੀ ਰਿਪੋਰਟ ਬਾਕੀ ਜਿਹੜੇ ਸਿਸਟਮ ਹੈ, ਮਹਿਕਮਾ ਹੈ, ਇੱਥੋਂ ਦੀ ਅਸੀਂ ਪੁਲਿਸ ਨੂੰ ਵੀ ਰਿਪੋਰਟ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਅਸੀਂ ਇਹਨਾਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਹਿੰਦੁਸਤਾਨ ਵਾਲੀਆਂ ਹਰਕਤਾਂ ਗੰਦੀਆਂ ਬੰਦ ਕਰ ਦਿਓ। ਇਹ NRI CRI PRI ਤੁਹਾਡੇ ਦੇਸ਼ ਵਿੱਚ ਚੱਲਦਾ ਹੈ, ਉੱਥੇ ਸਾਨੂੰ ਪਤਾ, ਉੱਥੇ ਪੁਲਿਸ ਨੂੰ ਵੀ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ, ਉੱਥੇ ਕਿਸੇ ਦੀ ਇੱਜ਼ਤ ਨਹੀਂ ਹੈ, ਕਿਉਂਕਿ ਉਹ ਦੇਸ਼ ਹੀ ਐਸਾ ਹੈ ਜਿਨ੍ਹਾਂ ਦੀਆਂ ਬਹੂ ਬੇਟੀਆਂ ਆਪਣੀਆਂ ਵਿਕਦੀਆਂ ਰਹੀਆਂ, ਔਰ ਅੱਜ ਫਿਰ ਉੱਥੇ ਇਹੋ ਜਿਹਾ ਕੁਝ ਸਟਾਰਟ ਹੋ ਗਿਆ। ਇਹ ਤੁਹਾਡਾ ਦੇਸ਼, ਤੁਹਾਡੀਆਂ ਹਰਕਤਾਂ, ਤੁਹਾਨੂੰ ਮੁਬਾਰਕ, ਆਪਣਾ ਇਹ ਜਮਾ ਜੁੱਲੀ ਬਸਤਰਾ ਚੱਕੋ, ਉੱਥੇ ਚਲੇ ਜਾਓ, ਜਿਹੋ ਜਿਹਾ ਕੁਛ ਕਰਨਾ ਇਹ ਹਰਕਤਾਂ ਬੰਦ ਕਰੋ। ਤੁਹਾਡੇ ਕੋਲ ਤੁਹਾਡੇ ਰੇਡੀਓ ਆ, ਆਪਣੀਆਂ ਆਈਡੀਆਂ, ਉਹਦੇ ਤੋਂ ਬੋਲੋ, ਤੋਂ ਵੀਡੀਓ ਪਾਓ, ਪਰ ਇਸ ਤਰ੍ਹਾਂ ਜਿਹੜੇ ਗੁੰਡਾ ਕਰਦੀਆਂ ਇਹ ਬੰਦ ਕੀਤੀਆਂ ਜਾਣ। ਮੈਂ ਫਿਰ ਉਸੇ ਜਗ੍ਹਾ 'ਤੇ ਜਾਂਦਾ ਕਿ ਸੇਮ ਆਈਡੀ US ਮੀਡੀਆ ਕੈਨੇਡਾ ਨਾਂ ਦੀ ਆਈਡੀ ਬਣਾਈ ਹੈ, ਤੁਸੀਂ ਜਦੋਂ ਜਾਓਗੇ ਜਿੱਥੇ ਇੱਕ ਆਉਂਦਾ ਹੈ ਕਿ ਐਡ ਫਰੈਂਡ, ਨਾਲ ਹੀ ਉਹਦੇ ਦੂਸਰੇ ਪਾਸੇ ਰਿਪੋਰਟ ਕਰਨ ਦਾ ਇੱਕ ਕੋਲਮ ਹੁੰਦਾ, ਉਹਦੇ ਉੱਪਰ ਕਲਿੱਕ ਕਰੋ ਔਰ ਰਿਪੋਰਟ ਕਰੋ ਕਿ ਇੱਕ ਫੇਕ ਆਈਡੀ ਹੈ, ਸਾਰੇ ਬੰਦੇ ਨੂੰ ਰਿਪੋਰਟ ਕਰਨੀ ਚਾਹੀਦੀ ਹੈ। ਔਰ ਅਸੀਂ ਵੀ ਉਸ ਦੀ ਰਿਪੋਰਟ ਕੀਤੀ ਹੈ ਔਰ ਅਸੀਂ ਉਸ ਨੂੰ ਲੱਭਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਇੰਟਰਨੈਟ ਰਾਹੀਂ, ਕਿਸ ਏਰੀਏ 'ਚੋਂ ਕਿਸ ਬੰਦੇ ਦੀ ਇਹ ਹਰਕਤ ਹੋ ਸਕਦੀ ਹੈ। ਇਸ ਤਰ੍ਹਾਂ ਦੀਆਂ ਜਿਹੜੀਆਂ ਘਟੀਆਂ ਹਰਕਤਾਂ ਇਹ ਕਰ ਰਹੇ ਨੇ। ਦੂਜੀ, ਇੱਕ ਕੱਲ੍ਹ ਇੱਕ ਅੱਖ ਜੀ ਲਾ ਕੇ ਕਿਸੇ ਨੇ ਸਾਡੀ ਆਈਡੀ ਹੈਕ ਕਰਨ ਦੀ ਕੋਸ਼ਿਸ਼ ਕੀਤੀ ਹੈ,
ਜਿਹਦਾ ਨਾਂ ਸੀਗਾ, ਮੇਰਾ ਖਿਆਲ ਹੈ ਕਿ ਵਰਲਡ ਪਾਵਰ ਮੋਸਟ ਪਤਾ ਨਹੀਂ ਪਾਵਰਫੁਲ ਇੰਡੀਆ। ਹੁਣ ਦੇਖੋ ਇੱਦਾਂ ਕਹਿਣ ਨਾਲ ਤਾਂ ਬਣਦਾ ਨਹੀਂ ਹੁੰਦਾ, ਲੋਕੀ ਤਾਂ ਉੱਥੇ ਵੇਟ ਕਰਦੇ ਰਹਿੰਦੇ ਆ ਵੀ ਟ੍ਰੇਨ ਆਉਣ ਤੋਂ ਪਹਿਲਾਂ ਮੈਂ ਟੋਇਲਟ ਕਰ ਜਾਂ, ਕਦੇ ਟ੍ਰੇਨ ਨਾ ਆ ਜਾਏ, ਦੂਜਾ ਕਹਿੰਦਾ ਮੈਂ ਕਰ ਜਾਂ। 75% ਬੰਦੇ ਕੋਲ ਟੋਇਲਟ ਨਹੀਂ, ਪੀਣ ਵਾਲਾ ਪਾਣੀ ਨਹੀਂ, 42 ਮਿਲੀਅਨ ਉੱਥੇ ਰੁੱਖ ਭੁੱਖੇ ਸੌਂਦੇ ਨੇ। ਇੱਦਾਂ ਲਿਖਣ ਨਾਲ ਨਹੀਂ ਬਣਦਾ ਹੁੰਦਾ, ਉਹਨਾਂ ਦਾ ਤੁਸੀਂ ਖਿਆਲ ਕਰੋ, ਚੋਰਾਂ ਦਾ ਦੇਸ਼ ਆ ਤੁਹਾਡਾ ਆਪਣਾ ਹੀ, ਜਿਹੜਾ ਜੱਜ ਕਹਿ ਰਿਹਾ ਮਿਸਟਰ ਤਾਰਕੁੰਡੇ ਸੁਪਰੀਮ ਕੋਰਟ ਦਾ ਜਿਹੜਾ ਐਕਸ ਜੱਜ ਆ, ਉਹ ਕਹਿੰਦਾ ਚੋਰਾਂ ਦਾ ਦੇਸ਼ ਹੈ, ਇਹ ਚੋਰੀਆਂ ਚਾਰੀਆਂ ਬੰਦ ਕਰੋ, ਉਸ ਆਈ ਟੀ ਦੀ ਵੀ ਰਿਪੋਰਟ ਕਰੋ ਔਰ ਇਸ ਆਈ ਟੀ ਦੀ ਵੀ ਰਿਪੋਰਟ ਕਰੋ। ਇਹਨਾਂ ਨੂੰ ਅਸੀਂ ਇੱਕ ਵਾਰ ਫਿਰ ਕਹਿਣਾ ਚਾਹੁੰਦੇ ਹਾਂ ਕਿ USA ਦੇ ਅੰਦਰ ਆਲਰੇਡੀ US ਗੌਰਮੈਂਟ ਨੇ ਇਹੋ ਜਿਹੀਆਂ ਤੁਹਾਡੀਆਂ ਗੰਦੀਆਂ ਹਰਕਤਾਂ ਦੇਖਦੇ ਹੋਏ FBI ਨੂੰ ਕਹਿ ਦਿੱਤਾ ਹੈ ਕਿ ਐਂਟੀ ਸਿੱਖ ਕ੍ਰਾਈਮ ਜਿਹੜਾ ਡਾਟਾ ਹੈ ਉਹਨਾਂ ਨੂੰ ਕਲੈਕਟ ਕਰੋ, ਪਤਾ ਕਰੋ ਕਿ ਹਿੰਦੁਸਤਾਨੀ ਕੀ ਗੰਦ ਪਾ ਰਹੇ ਨੇ, ਜਿਹੜੇ ਸਿੱਖ ਕੌਮ ਦੇ ਵਿਰੁੱਧ ਜਿਹੜੇ ਕ੍ਰਾਈਮ, ਜਿਹੜਾ ਇਹ ਕ੍ਰਾਈਮ ਹੈ ਕਿਸੇ ਦੇ ਵਿਰੁੱਧ ਕਿਸੇ ਦੀ ਆਵਾਜ਼ ਨੂੰ ਬੰਦ ਕਰਨਾ, ਕਿਸੇ ਦੇ ਰਿਲੀਜਨ ਦੇ ਵਿਰੁੱਧ ਬੋਲਣਾ, ਕਿਸੇ ਇੱਕ ਕਮਿਊਨਿਟੀ ਨੂੰ ਹਮੇਸ਼ਾ ਟਾਰਗੇਟ ਕਰਦੇ ਰਹਿਣਾ। ਉਹ ਇਹ ਗੱਲ ਨਹੀਂ ਹੈ ਕਿ 300 400 ਤੁਸੀਂ ਜਿਹੜਾ ਕਹਿੰਦੇ ਆ $400 ਲੈ ਲਿਆ ਸਾਡਾ ਰੇਡੂਆ ਦਾ ਮਤਲਬ ਇਹ ਨਹੀਂ ਹੈ, ਕਿਉਂਕਿ ਹਿੰਦੁਸਤਾਨ ਨਹੀਂ ਹੈ ਕਿ ਤੁਸੀਂ ਜਿਹਨੂੰ ਮਰਜ਼ੀ ਟਾਰਗੇਟ ਕਰੀ ਜਾਓ। ਇਹ ਹਰਕਤਾਂ ਬੰਦ ਕਰ ਦਿੱਤੀਆਂ ਜਾਣ, ਇਹ ਬਹੁਤ ਹੀ ਜਲਦੀ ਕੈਨੇਡਾ ਦੇ ਅੰਦਰ ਵੀ ਸਾਡੀਆਂ ਏਜੰਸੀਆਂ ਜਿਹੜੀਆਂ, ਉਹ ਹੋ ਸਕਦਾ ਹੈ ਕਿ ਆਲਰੇਡੀ ਜਿਹੜਾ ਇਹ ਡਾਟਾ ਕਲੈਕਟ ਵੀ ਕਰਦੇ ਹੋਣ, ਔਰ ਮੇਰਾ ਖਿਆਲ ਹੈ ਕਿ ਖੁੱਲ੍ਹੇ ਤੌਰ 'ਤੇ ਵੀ ਕਲੈਕਟ ਕਰਨਗੇ, ਜਿਹੜੇ ਕਿਸੇ ਹੋਰ ਦੇਸ਼ ਦੇ ਪਾਲਤੂ ਕੁੱਤੇ ਇੱਥੇ ਬੈਠ ਕੇ ਭੌਂਕਦੇ ਨੇ, ਇੱਥੇ ਬਕਵਾਸ ਕਰਦੇ ਨੇ, ਐਂਟੀ ਕੈਨੇਡੀਅਨ ਐਂਟੀ ਸਿੱਖ ਕੈਨੇਡੀਅਨ ਜਿਹੜਾ ਇਹ ਕ੍ਰਾਈਮ ਕਰਦੇ ਨੇ ਏਅਰ ਦੇ ਉੱਪਰ ਜਾਂ ਲਿਖ ਕੇ ਜਾਂ ਕੁਛ ਵੀ ਕਰਕੇ, ਇਹਦੇ ਵਿਰੁੱਧ ਬਹੁਤ ਹੀ ਜਲਦੀ ਸਾਡੇ ਦੇਸ਼ ਨੇ ਮੇਰਾ ਖਿਆਲ ਐਕਸ਼ਨ ਲਊਗਾ। ਔਰ ਸਾਨੂੰ ਉਮੀਦ ਵੀ ਹੈ ਔਰ ਅਸੀਂ ਪ੍ਰਾਊਡ ਵੀ ਕਰਦੇ ਹਾਂ ਆਪਣੇ ਦੇਸ਼ 'ਤੇ, ਕੈਨੇਡਾ 'ਤੇ ਔਰ ਕੈਨੇਡੀਅਨ ਹੋਣ 'ਤੇ, ਕਿਉਂਕਿ ਇਸ ਦੇਸ਼ ਦੇ ਅੰਦਰ ਕਿਸੇ ਦੇ ਨਾਲ ਧੱਕਾ, ਕਿਸੇ ਦੇ ਨਾਲ ਗੁੰਡਾਗਰਦੀ ਜੋ ਹਿੰਦੁਸਤਾਨ ਵਿੱਚ ਹੁੰਦੀ ਹੈ ਉਹ ਇੱਥੇ ਅਲਾਊਡ ਨਹੀਂ ਹੈ। ਔਰ ਇੱਕ ਵਾਰ ਫਿਰ ਅਸੀਂ ਵਾਰਨਿੰਗ ਦਿੰਦੇ ਹਾਂ ਸਾਊਥ ਏਸ਼ੀਅਨ ਪ੍ਰੈਸ ਕਲੱਬ ਵਾਲਿਆਂ ਦੀ, ਜਿਹੜੀ ਇੱਥੇ ਗੰਦ ਪਾਇਆ ਹੋਇਆ ਉਹਨਾਂ ਨੂੰ, ਔਰ ਜਿਹੜੀ ਉਹ ਮੋਸਟ ਵਰਲਡ ਪਾਵਰ ਇੰਡੀਆ ਕਿ ਕੀ ਅੱਖ ਜੀ ਲਾ ਕੇ ਜਿਹਨਾਂ ਨੇ ਹੈਕ ਕਰਨ ਦੀ ਕੋਸ਼ਿਸ਼ ਕੀਤੀ ਆ ਉਸ ਨੂੰ, ਔਰ ਤੀਸਰੀ ਜਿਸ ਵੀ ਇਸ ਨੇ ਕਤੂਰੇ ਨੇ ਸਾਡੀ ਫੇਕ ID ਬਣਾਉਣ ਦੀ ਕੋਸ਼ਿਸ਼ ਕੀਤੀ ਆ US ਮੀਡੀਆ ਕੈਨੇਡਾ ਦੇ ਨਾਂ ਦੇ ਉੱਪਰ। ਇਸ ਤਰ੍ਹਾਂ ਦੀਆਂ ਹਰਕਤਾਂ ਬੰਦ ਕਰੋ, ਆਪਣੀ ID ਪਾਓ, ਉਹ ਗਰੇਵਾਲ ਪਾਵੇ ਜਾਂ ਕੋਈ ਹੋਰ ਜਿਹੜਾ ਵੀ ਤੁਹਾਡਾ ਹੈਗਾ ਉਹ ਪਾਵੇ, ਔਰ ਬੰਦਿਆਂ ਵਾਂਗੂ ਬੋਲ ਕੇ ਵੀਡੀਓ ਪਾਵੇ ਜਿੱਥੇ ਮਰਜ਼ੀ। ਤੁਹਾਨੂੰ ਪਹਿਲਾਂ ਵੀ ਅਸੀਂ ਚੈਲੰਜ ਕੀਤਾ, ਤੁਹਾਡੇ ਕੋਲੇ ਬਹੁਤ ਕੁਛ ਹੈ, ਤੁਹਾਡੇ ਕੋਲੇ ਪੈਸਾ ਵੀ ਹੈ, ਤੁਹਾਡੇ ਕੋਲੇ ਸਭ ਕੁਛ ਹੈ, ਤੁਹਾਨੂੰ ਬੋਲਣਾ ਵੀ ਆਉਂਦਾ ਤੇ ਤੁਸੀਂ MP ਵੀ ਬਣਨ ਨੂੰ ਫਿਰਦੇ ਆ, ਜਿੱਥੇ ਮਰਜ਼ੀ ਟਾਈਮ ਲੀਕ ਲਓ, ਜਿਸ ਮਰਜ਼ੀ ਵਿਸ਼ੇ ਤੇ ਗੱਲ ਕਰੋ, ਤੁਸੀਂ ਐਜ਼ ਏ ਹਿੰਦੁਸਤਾਨੀ ਕਰੋ, ਅਸੀਂ ਐਜ਼ ਏ ਕੈਨੇਡੀਅਨ ਕਰਾਂਗੇ, ਹਿਊਮਨ ਰਾਈਟਸ ਦੀ ਗੱਲ ਅਸੀਂ ਵਿਕਟਿਮ ਦੀ ਕਰਾਂਗੇ, ਤੁਸੀਂ ਕਾਤਲਾਂ ਦੀ ਕਰੋ, ਲੋਕਾਂ ਦੇ ਸਾਹਮਣੇ ਲੋਕਾਂ ਦੀ ਕਚਹਿਰੀ ਵਿੱਚ ਤਾਂ ਆਓ, ਫਿਰ ਪਤਾ ਲੱਗੂਗਾ ਕਿ ਕੌਣ ਸੱਚ ਬੋਲਦਾ ਤੇ ਕੌਣ ਝੂਠ ਬੋਲਦਾ, ਗਾਂਧੀ ਦਾ ਬੱਚਾ ਕੌਣ ਹੈ ਤੇ ਗੁਰੂ ਗੋਬਿੰਦ ਸਿੰਘ ਦਾ ਬੱਚਾ ਕੌਣ ਹੈ। ਇਹ ਪੱਗ ਬੰਨ੍ਹ ਕੇ 8 ਮੀਟਰ ਦੀ ਆਪਣੇ ਆਪ ਨੂੰ ਗੁਰਦੁਆਰਿਆਂ ਦੇ ਵਿੱਚ ਤੁਸੀਂ ਆਪਣੇ ਬੰਦੇ ਜਿਹੜੇ ਵਕਾਊ ਬੰਦਿਆਂ ਦੇ ਨਾਲ ਆੜੀਆਂ ਪਾ ਕੇ ਜਿਹੜੀਆਂ ਘੁਸੰਦੀਆਂ ਕੋਸ਼ਿਸ਼ਾਂ ਕਰ ਰਹੇ ਹੈ, ਇਹ ਬਿਲਕੁਲ ਨਹੀਂ ਕਾਮਯਾਬ ਹੋਣ ਦਿੱਤੀਆਂ ਜਾਣਗੀਆਂ, ਕਿਉਂਕਿ ਕੈਨੇਡਾ ਇੱਕ ਬਹੁਤ ਹੀ ਬੈਸਟ ਔਰ ਬਹੁਤ ਹੀ ਵਧੀਆ ਕੰਟਰੀ ਹੈ। ਇਹ ਸਾਨੂੰ ਮਾਣ ਆਪਣੇ ਦੇਸ਼ ਦੇ ਉੱਪਰ। ਔਰ ਦੂਸਰੀ ਗੱਲ, ਪਰਿਵਾਰ ਪਰਵੂਰ ਦੀ ਕਈ ਕਰਦੇ ਹੁੰਦੇ ਆ, ਜਿਹੜੀ ਸਿੱਖ ਕੌਮ ਹੈ ਇਹ ਕੋਈ ਇਹ ਇੱਕ ਨੇਸ਼ਨ ਹੈ, ਇਹ ਇੱਕ ਦੇਸ਼ ਹੈ, ਸਿੱਖ ਕੌਮ ਦਾ ਆਪਣਾ ਦੇਸ਼, ਬਹੁਤ ਹੀ ਜਲਦੀ, ਪਹਿਲਾਂ ਵੀ ਸੀ ਇਸ ਦੁਨੀਆ ਦੇ ਉੱਪਰ, ਹੁਣ ਵੀ ਆਊਗਾ, ਔਰ ਇਹ 100% ਆਊਗਾ। ਜੋ ਹਰਕਤਾਂ ਹਿੰਦੁਸਤਾਨ ਦੇ ਵਿੱਚ ਹੋ ਰਹੀਆਂ, ਇਹ ਲੋਕ ਊਰ ਜਲੂਰ ਜਿਸ ਤਰ੍ਹਾਂ ਏਅਰ ਦੇ ਉੱਪਰ ਬੋਲ ਰਹੇ ਨੇ, ਇਹਨਾਂ ਨੂੰ ਇਹ ਸਭ ਕੁਝ ਬੰਦ ਕਰ ਦੇਣਾ ਚਾਹੀਦਾ, ਕਿਉਂਕਿ ਤੁਹਾਨੂੰ ਆਲਰੇਡੀ ਵਾਚ ਕੀਤਾ ਜਾ ਰਿਹਾ। ਮੈਂ ਇੱਕ ਵਾਰ ਫਿਰ ਬੇਨਤੀ ਕਰਦਾ, US ਮੀਡੀਆ ਕੈਨੇਡਾ ਨਾਂ ਦੀ ਜਿਹੜੀ ਫੇਕ ID ਇੱਕ ਬਣਾਈ ਹੈ, ਤੁਸੀਂ ਚੈੱਕ ਕਰੋ, ਉਹਦੇ ਵਿੱਚ ਕੋਈ ਫਰੈਂਡ ਨਹੀਂ ਅੱਜ ਤੱਕ, ਉਹਦੀ ਵੱਧ ਤੋਂ ਵੱਧ ਲੋਕ ਰਿਪੋਰਟ ਕਰੋ। ਔਰ ਜੇ ਕਿਸੇ ਨੂੰ ਪਤਾ, ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ, ਔਰ ਜੇ ਕਿਸੇ ਨੂੰ ਪਤਾ ਹੈ ਕਿ ਉਹ ਕਿਸ ਨੇ ਬਣਾਈ ਹੈ ਜਾਂ ਕਿਹਦੀ ਹੈ, ਤਾਂ ਉਹ ਸਾਡੇ US ਮੀਡੀਆ ਕੈਨੇਡਾ ਦੇ ਨਾਲ ਸੰਪਰਕ ਕਰੇ। ਸਾਡੀ ID, ਸਾਡੀ ਜਿਹੜੀ ਈਮੇਲ ਵੀ ਤੁਹਾਨੂੰ ਪਤਾ, ਫੋਨ ਨੰਬਰ ਵੀ ਤੁਹਾਨੂੰ ਪਤਾ, 6476924747। ਔਰ ਥੈਂਕ ਯੂ ਸੋ ਮੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।